देखो जी सारस, देखो जी आ व्यू वधिया जी, देखो जी देखो जी किन्ना घंट व्यू है, देखो जी देखो जी देखो जी बहुत ही वधिया व्यू है जी, देखो जी सारस, देखो जी किन्ने वधिया, देखो जी ਤਾਈ ਦੇਖੋ ਆਹ ਸੁੱਤਾ ਪਿਆ ਜੀ, ਇਹ ਆਪਦਾ ਹੀ ਨੀਂਦ ਦਾ ਆਨੰਦ ਮਾਣ ਰਿਹਾ ਜੀ, ਦੇਖੋ ਜੀ ਦੇਖੋ ਜੀ देखो जी कितनी लंबी गर्दन आई, सारस देखो जी तुसीं, बाकी साडे चैनल नूं सबसक्राइब करियो, वीडियो नूं लाइक करियो ते कमेंट करके जरूर दस्सियो कि सानूं वीडियो किवें लगी, देखो जी सारा जी इन्हां लई बनाया होया जी, देखो जी नेट दा जी, देखो जी सेफ्टी वास्ते जी, भी ये बाहर बूर ना चले जाने जी, देखो जी भी ये इन्नी उच्ची अडारी भर सकते हैं, उदू गाह जी इन्होंने उत्ते नेट लाता जी, हाँ जानवर वगैरह ना कोई अंदर बड़े, देखो जी कोई एक बैठा जी, बहुत ही सोहना व्यू है जी, जरूर आ जरूर लैके आए जी, उरे बच्चों बच्चों लिए तो जी बहुत वधिया घुमाने वाली जगह जी, ये नाले जी बच्चों जी नाम का पता लगता भी ये की है की है, देखो जी ਕੋਈ ਕਾਲੇ ਰੰਗ ਦਾ ਜੀ, ਇਹ ਕਾਲੇ ਰੰਗ ਦਾ ਸਾਰਸਾ ਜੀ, ਦੇਖੋ ਜੀ ਦੇਖੋ ਜੀ ਇਹਦੇ ਲਈ ਜੀ ਅੱਡ ਬਣਾਇਆ ਹੋਇਆ ਜੀ, ਦੇਖੋ ਜੀ ਰਹਿਣ ਨੂੰ ਜੀ, ਬਹੁਤ ਹੀ ਸੁੰਦਰ ਆ ਜੀ, ਦੇਖੋ ਦੇਖੋ ਜੀ ਦੇਖੋ ਜੀ, ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਦੇਖੋ ਜੀ ਦੇਖੋ ਜੀ।
ਬਹੁਤ ਹੀ ਸੋਹਣਾ ਸਾਰਸਾ ਜੀ ਦੇਖੋ, ਉੱਧਰ ਤੁਸੀਂ ਵਾਈਟ ਰੰਗ ਦੇ ਦੇਖੇ ਜੀ, ਇੱਧਰ ਜੀ ਇਹ ਬਲੈਕ ਰੰਗ ਦਾ ਜੀ ਦੇਖੋ, ਦੇਖੋ ਜੀ ਆਹ ਵਾਈਟ ਰੰਗ ਦੇ ਆ ਜੀ ਦੋ ਛੋਟੇ ਸਾਰਸੇ ਜੀ, ਲਿਖਿਆ ਹੋਇਆ ਜੀ ਆ ਦੇਖੋ ਵੀ ਖਾਣਾ ਪੀਣਾ ਨਾ ਪਾਓ ਜੀ ਇਹਨਾਂ ਨੂੰ, ਦੇਖੋ ਜੀ ਨਾ ਉੱਚੀ ਆਵਾਜ਼ 'ਚ ਜੀ ਗੱਲ ਕਰੋ, ਦੇਖੋ ਸਪੀਕਿੰਗ ਦੇਖੋ ਜੀ ਸਾਰਾ ਕੁਛ। ਦੇਖੋ ਜੀ ਛੋਟੀਆਂ ਛੋਟੀਆਂ ਅੰਬੀਆਂ ਵੀ ਲੱਗੀਆਂ ਹੋਈਆਂ ਨੇ ਜੀ, ਅਜੇ ਛੋਟੀਆਂ ਹੀ ਨੇ ਅਜੇ ਵੱਡੀਆਂ ਨਹੀਂ ਹੋਈਆਂ ਜੀ। ਦੇਖੋ ਜੀ ਉਹ ਸਾਹਮਣੇ ਦਾ ਵਿਊ ਦੇਖੋ ਜੀ ਕਿੰਨਾ ਵਧੀਆ ਵਿਊ ਆ ਜੀ, ਦੇਖੋ ਜੀ ਦੇਖੋ ਜੀ ਕਾਲੇ ਰੰਗ ਦਾ ਜੀ ਇਹ, ਕਾਲੇ ਰੰਗ ਦਾ ਸਾਰਸਾ ਜੀ ਦੇਖੋ ਜੀ, ਦੇਖੋ ਜੀ ਇਹਦੇ ਲਈ ਜੀ ਅੱਡ ਬਣਾਇਆ ਹੋਇਆ ਜੀ ਦੇਖੋ ਜੀ ਰਹਿਣ ਨੂੰ ਜੀ, ਬਹੁਤ ਹੀ ਸੁੰਦਰ ਆ ਜੀ ਦੇਖੋ। ਦੇਖੋ ਜੀ ਦੇਖੋ ਜੀ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਦੇਖੋ ਜੀ ਦੇਖੋ ਜੀ ਬਹੁਤ ਹੀ ਸੋਹਣਾ ਸਾਰਸਾ ਜੀ ਦੇਖੋ, ਉੱਧਰ ਤੁਸੀਂ ਵਾਈਟ ਰੰਗ ਦੇ ਦੇਖੇ ਜੀ, ਇੱਧਰ ਜੀ ਇਹ ਬਲੈਕ ਰੰਗ ਦਾ ਜੀ ਦੇਖੋ, ਦੇਖੋ ਜੀ ਆਹ ਵਾਈਟ ਰੰਗ ਦੇ ਆ ਜੀ ਦੋ ਛੋਟੇ ਸਾਰਸੇ ਜੀ, ਲਿਖਿਆ ਹੋਇਆ ਜੀ ਆ ਦੇਖੋ ਵੀ ਖਾਣਾ ਪੀਣਾ ਨਾ ਪਾਓ ਜੀ ਇਹਨਾਂ ਨੂੰ, ਦੇਖੋ ਜੀ ਨਾ ਉੱਚੀ ਆਵਾਜ਼ 'ਚ ਜੀ ਗੱਲ ਕਰੋ, ਦੇਖੋ ਸਪੀਕਿੰਗ ਦੇਖੋ ਜੀ ਸਾਰਾ ਕੁਛ। ਦੇਖੋ ਜੀ ਛੋਟੀਆਂ ਛੋਟੀਆਂ ਅੰਬੀਆਂ ਵੀ ਲੱਗੀਆਂ ਹੋਈਆਂ ਨੇ ਜੀ, ਅਜੇ ਛੋਟੀਆਂ ਹੀ ਨੇ ਅਜੇ ਵੱਡੀਆਂ ਨਹੀਂ ਹੋਈਆਂ ਜੀ। ਦੇਖੋ ਜੀ ਉਹ ਸਾਹਮਣੇ ਦਾ ਵਿਊ ਦੇਖੋ ਜੀ ਕਿੰਨਾ ਵਧੀਆ ਵਿਊ ਆ ਜੀ, ਦੇਖੋ ਜੀ ਦੇਖੋ ਜੀ ਬਲੈਕ ਸਾਰਸ ਜੀ ਦੇਖੋ ਜੀ, ਬਲੈਕ ਸਵੈਨ ਦੇਖੋ ਜੀ ਦੇਖੋ ਜੀ ਦੇਖੋ ਜੀ ਕਿੰਨਾ ਘੈਂਟ ਵਿਊ ਆ ਜੀ, ਉੱਪਰ ਵੀ ਦੇਖੋ ਜੀ ਉੱਪਰ ਪਾਣੀ ਡਿੱਗਦਾ ਜੀ ਦੇਖੋ, ਦੇਖੋ ਜੀ
ਦੇਖੋ ਜੀ ਕਿੰਨੇ ਸੋਹਣੇ ਨੇ ਜੀ, ਦੇਖੋ ਜੀ ਸਾਫ ਸੀ ਬਹੁਤ ਹੀ ਸੋਹਣਾ ਬਣਾਇਆ ਹੋਇਆ ਜੀ ਪੰਛੀਆਂ ਵਾਸਤੇ ਜੀ ਇਹਨਾਂ ਨੇ। ਬੱਚਿਆਂ ਨੂੰ ਜੀ ਜ਼ਰੂਰ ਘੁਮਾਉਣ ਲੈ ਕੇ ਆਓ, ਉਹਨਾਂ ਨੂੰ ਦਿਖਾਓ ਜੀ ਪੰਛੀਆਂ ਬਾਰੇ ਨੌਲੇਜ ਮਿਲੂ ਜੀ ਉਹਨਾਂ ਨੂੰ।